ਸਾਰਾ ਖੇਡ ਨੇਤਰਾਂ ਤੋਂ ਸ਼ੁਰੂ ਹੁੰਦਾ। ਅੱਖਾਂ ਖੋਲ੍ਹਦੇ ਹਾਂ ਤਾਂ ਇੱਕ ਸਮੁੰਦਰ ਵਾਂਗ ਸਾਨੂੰ ਦੂਰੀ ਦਿਖਾਈ ਦਿੰਦੀ ਆ। ਐਸ ਦੂਰੀ ਦਾ ਅੱਜ ਤੱਕ ਕਦੀ ਵੀ ਕਿਸੇ ਨੇ ਅੰਤ ਨਹੀਂ ਪਾਇਆ। ਨੇਤਰਾਂ ਤੋਂ ਸਾਨੂੰ ਜੋ ਵੀ ਦਿਖਾਈ ਦਿੰਦਾ, ਅੱਜ ਤੱਕ ਆਪਾਂ ਇਹਦਾ ਕੋਈ ਕਿਨਾਰਾ ਵੇਖਿਆ? ਇਹਦਾ ਅੰਤ ਹੋਇਆ ਹੀ ਨਹੀਂ, ਨੇਤਰਾਂ ਤੋਂ ਸ਼ੁਰੂ ਹੁੰਦਾ ਕੰਮ। ਹੁਣ ਸਾਹਮਣੇ ਜੋ ਆਪਾਂ ਨੂੰ ਇਹ ਖਾਲੀ ਖਲਾ ਸਪੇਸ ਦਿਖਾਈ ਦਿੰਦੀ, ਇਹਦੇ ਵਿੱਚ ਹੀ ਸਾਰੇ ਖੰਡ ਬ੍ਰਹਿਮੰਡ ਸਾਰੀ ਸ੍ਰਿਸ਼ਟੀ ਇਹਦੇ ਵਿੱਚ ਆ। ਇਹੀ ਇੰਨਾ ਵੱਡਾ ਸਮੁੰਦਰ ਆ ਜੋ ਸਾਹਮਣੇ ਹੈ। ਅਤੇ ਗੁਰੂ ਜੀ ਕਹਿੰਦੇ ਇਹਦੇ ਵਿੱਚ ਹੀ ਤਾਂ ਮਾਲਕ ਵਾਹਿਗੁਰੂ ਜੀ ਸਮਾਏ ਹੋਏ ਨੇ। ਸਿਮਰਨ ਦੀ ਮਿਹਨਤ ਕਰੋ, ਫਿਰ ਸੰਗਤ ਕਰੋ, ਮਨ ਸਹਿਜ ਵਿੱਚ ਰੱਖੋ, ਆਪਣੇ ਆਪ ਸਾਨੂੰ ਇਹ ਸਾਹਮਣੇ ਵਾਲਾ ਜੋ ਹਿੱਸਾ ਹੈ ਇਹ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ। ਇਹਦੇ ਵਿੱਚ ਹੀ ਮਾਲਕ ਲੁਕ ਕੇ ਬੈਠੇ ਨੇ। ਕਹਿੰਦੇ ਜੇ ਦੇਖਣਾ ਹੈ ਤਾਂ ਵਿਚਾਰਾਂ ਨੂੰ ਪਰੇ ਕਰ ਲਾ, ਅੱਖ ਪਿਆਰ ਵਾਲੀ ਬਣਾ ਲਾ। ਹੁਣ ਜੈਸ ਆਪਾਂ ਕਾਇਆ ਰੂਪੀ ਇਹ ਸਰੀਰ ਦੇ ਵਿੱਚ ਬੈਠੇ ਹੋਏ ਹਾਂ, ਇੱਥੇ ਸਾਨੂੰ ਭਰਮ ਪਾਇਆ ਗਿਆ। ਕੀ ਭਰਮ ਪਾਇਆ ਗਿਆ? ਕਿ ਜਿਹੜਾ ਸਾਨੂੰ ਸਰੀਰ ਮਿਲਿਆ ਆ ਇਹ ਭਗਤੀ ਕਰਨ ਵਾਸਤੇ ਨਹੀਂ ਮਿਲਿਆ, ਇਹ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਮਿਲਿਆ ਹੈ। ਹੁਣ ਮਨ ਸਾਡੇ ਨੂੰ ਤ੍ਰੈਗੁਣ ਮਾਇਆ ਨੇ ਬੰਨਿਆ ਆ, ਜਾਲ ਦੇ ਵਿੱਚ ਫਸਾਇਆ ਆ। ਜਿਵੇਂ ਸ਼ਿਕਾਰੀ ਪੰਛੀਆਂ ਨੂੰ ਚੋਗਾ ਪਾਉਣ ਵਾਸਤੇ ਜਾਲ ਵਿਛਾਉਂਦਾ, ਜਦੋਂ ਪੰਛੀ ਆਉਂਦੇ ਤਾਂ ਉਹਨਾਂ ਦੇ ਪੈਰ ਉਹ ਜਾਲ ਦੇ ਵਿੱਚ ਫਸ ਜਾਂਦੇ, ਫਿਰ ਜਿੰਨੇ ਮਰਜ਼ੀ ਉਹ ਖੰਭ ਮਾਰਨ ਉਹ ਜਾਲ ਟੁੱਟਦਾ ਨਹੀਂ। ਇਸੇ ਤਰ੍ਹਾਂ ਸਾਡਾ ਮਨ ਵੀ ਇਸ ਸਰੀਰ ਦੇ ਵਿੱਚ ਆ ਕੇ ਜਾਲ ਦੇ ਵਿੱਚ ਫਸਿਆ, ਕੋਸ਼ਿਸ਼ ਤਾਂ ਕਰਦਾ ਨਿਕਲਣ ਦੀ ਪਰ ਨਿਕਲ ਨਹੀਂ ਹੁੰਦਾ। ਹੁਣ ਜੇ ਕਾਲ ਦਾ ਜਾਲ ਆਪਾਂ ਕੱਟਣਾ ਆ ਤਾਂ ਆਪਾਂ ਨੂੰ ਕਿਨਾਰੇ 'ਤੇ ਜਾ ਕੇ ਬੈਠਣਾ ਪੈਣਾ। ਕਿਨਾਰਾ ਕਿਹੜਾ ਹੈ? ਜਿੱਥੋਂ ਵਿਚਾਰ ਖਤਮ ਹੁੰਦੇ ਆ, ਸਾਡੀ ਤਰਕੁੱਟੀ ਛੁੱਟਦੀ ਆ, ਟੁੱਟਦੀ ਆ, ਖਤਮ ਹੁੰਦੀ ਆ। ਬਸ ਇਹੀ ਤਾਂ ਭੇਦ ਉਹ ਦੇ ਰਹੇ ਆ ਕਿ ਜਿੱਥੇ ਤਿੰਨ ਨਾੜੀਆਂ ਦਾ ਸੰਗਮ ਹੁੰਦਾ ਆ, ਈੜਾ ਪਿੰਗਲਾ ਅਤੇ ਸੁਖਮਨਾ, ਜਿੱਥੇ ਪਰਾਗ ਬਣਦਾ ਆ, ਮਨ ਦਾ ਆਸਣ ਉੱਥੇ ਜਾ ਕੇ ਲਾ ਲਓ, ਉਹ ਕਿਨਾਰਾ ਹੈ। ਇੱਥੋਂ ਤੁਹਾਡੇ ਵਿਚਾਰ ਖਤਮ ਹੋਣਗੇ, ਕਾਲ ਦਾ ਜਾਲ ਕੱਟਿਆ ਜਾਵੇਗਾ। ਜੋ ਤੁਹਾਡੇ ਮਨ ਦੇ ਪੈਰ ਜਾਲ ਦੇ ਵਿੱਚ ਫਸੇ ਆ, ਤੁਸੀਂ ਹੱਥ ਪੈਰ ਮਾਰ ਰਹੇ ਆ ਪਰ ਨਿਕਲ ਨਹੀਂ ਹੁੰਦਾ, ਬਸ ਕਹਿੰਦੇ ਇੱਥੇ ਜਾ ਕੇ ਆਸਣ ਲਾ ਲਓ ਸਾਹਮਣੇ। ਸਿਮਰਨ ਕਰਕੇ ਪੌਣ ਨੂੰ ਸਮ ਕੀਤਾ, ਨੇਤਰਾਂ ਨੂੰ ਸਮ ਕੀਤਾ, ਨੇਤਰਾਂ ਦੇ ਵਿੱਚੋਂ ਮਨ ਨਿਕਲ ਕੇ ਸਾਹਮਣੇ ਬਹਿ ਜਾਂਦਾ, ਫਿਰ ਤਰਕੁੱਟੀ ਖਤਮ ਹੋ ਜਾਂਦੀ ਆ, ਵਿਚਾਰ ਸਟੋਪ ਹੋ ਜਾਂਦੇ ਆ, ਮਨ ਖਾਲੀ ਹੋ ਜਾਂਦਾ। ਅਤੇ ਖਾਲੀ ਮਨ ਹੀ ਤਾਂ ਆਸਣ ਲਾ ਕੇ ਬੈਠ ਸਕਦਾ, ਨਹੀਂ ਤਾਂ ਮਨ ਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਆ, ਅੰਦਰ ਹੀ ਇਹ ਟੱਪੀ ਜਾਂਦਾ। ਹੁਣ ਜਿੱਥੇ ਸਾਡੇ ਅੰਦਰ ਇਹ ਤਿੰਨ ਨਾੜਾਂ ਦਾ ਸੰਗਮ ਹੁੰਦਾ, ਉੱਥੇ ਪਰਾਗ ਬਣਦਾ। ਬਹੁਤ ਜੀਵ ਨੇ ਜੋ ਇੱਥੇ ਆਸਣ ਲਾ ਕੇ ਬਹਿੰਦੇ ਆ ਖਾਲੀ ਖਲਾ ਦੇ ਵਿੱਚ, ਜਿਸ ਨੂੰ ਆਪਾਂ ਇਹ ਕਹਿੰਦੇ ਹਾਂ ਕਿ ਜਦੋਂ ਆਪਾਂ ਨੇਤਰ ਬੰਦ ਕਰਨੇ ਆ ਤਾਂ ਸਾਹਮਣੇ ਵੇਖਣਾ, ਧਿਆਨ ਵਾਹਿਗੁਰੂ ਗੁਰਮੰਤਰ ਦੀ ਧੁੰਨ ਵਿੱਚ, ਬਸ ਇਸੇ ਦਰ 'ਤੇ ਆ ਕੇ ਬੈਠਣਾ ਵਾਰ ਵਾਰ, ਦਿਨ ਦੇ ਵਿੱਚ ਬਹੁਤ ਵਾਰ ਅਨੰਤ। ਨਿੱਤ ਜਪੀਏ ਸਵਾਸ ਗਰਾਸ ਨਾਉ ਪਰਵਤਿਗਾਰ ਦਾ। ਜਦੋਂ ਦਰ 'ਤੇ ਆਪਾਂ ਬੈਠੇ ਰਹਿਣਾ ਲਗਾਤਾਰ, ਫਿਰ ਉੱਥੇ ਸ਼ਬਦ ਦੀ ਲਹਿਰ ਆਉਂਦੀ ਆ, ਜਹਾਜ਼ ਆਉਂਦਾ ਆ ਮਨ ਨੂੰ ਲੈਣ ਵਾਸਤੇ। ਆਪਾਂ ਇਸ ਦਰ 'ਤੇ ਬੈਠ ਕੇ ਬਸ ਉਸ ਲਹਿਰ ਦੀ ਉਡੀਕ ਕਰਨੀ ਆ।
ਕਿ ਸਾਨੂੰ ਵੀ ਉਹ ਲਹਿਰ ਆ ਕੇ ਲੈ ਜਾਵੇ ਅਤੇ ਮਾਲਕ ਦੇ ਵਿੱਚ ਮਿਲਾ ਦੇਵੇ। ਇਹ ਕਹਿੰਦੇ ਮਨ ਦਾ ਮਰਨਾ, ਸ਼ਬਦਾਂ ਨੂੰ ਸੁਣਾਂਗੇ ਤਾਂ ਹੀ ਮਨ ਮਰਦਾ।